ਗੱਲ ਕਰਦੇ ਹਾਂ ਕੈਨੇਡਾ ਦੀ, ਜਿੱਥੇ ਕੈਨੇਡਾ ਭਰ ਦੇ ਵਿੱਚ ਘਰੇਲੂ ਹਿੰਸਾ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸੰਬੰਧੀ ਆ ਰਹੀਆਂ ਰਿਪੋਰਟਾਂ ਚਿੰਤਾ ਦਾ ਵਿਸ਼ਾ ਨੇ। ਸਮੇਂ-ਸਮੇਂ ਤੇ ਇਸ ਸੰਬੰਧੀ ਆਵਾਜ਼ ਬੁਲੰਦ ਕੀਤੀ ਜਾਂਦੀ ਅਤੇ ਸਰਕਾਰ ਵੱਲੋਂ ਜਾਗਰੂਕਤਾ ਵੀ ਪੈਦਾ ਕੀਤੀ ਜਾਂਦੀ ਹੈ, ਪਰ ਜੀਟੀਏ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ ਜੋ ਕਿ ਕਾਫੀ ਚਿੰਤਾ ਵਿੱਚ ਹੈ। ਜੀਟੀਏ ਖੇਤਰ ਦੀਆਂ ਪੁਲਿਸ ਫੋਰਸਿਸ ਕੋਵਿਡ-19 ਮਹਾਮਾਰੀ ਦੇ ਤੂਫਾਨ ਤੋਂ ਬਾਅਦ ਘਰੇਲੂ ਹਿੰਸਾ ਦੀਆਂ ਘਟਨਾਵਾਂ ਦੇ ਮਹੱਤਵਪੂਰਨ ਵਾਧਾ ਦੀ ਰਿਪੋਰਟਾਂ ਕਰ ਰਹੀਆਂ ਨੇ। ਟੋਰਾਂਟੋ ਪੁਲਿਸ ਨੇ ਇਸ ਸਾਲ 16,070 ਘਰੇਲੂ ਮੁੱਦਿਆਂ ਨਾਲ ਸੰਬੰਧਿਤ ਕਾਲਾਂ ਵਿੱਚ ਸ਼ਿਰਕਤ ਕੀਤੀ ਹੈ, ਜੋ ਕਿ ਪਿਛਲੇ ਸਾਲ 2019 ਤੋਂ 300 ਦੇ ਕਰੀਬ ਨੇ। ਪੀਲ ਪੁਲਿਸ ਰਿਪੋਰਟ ਕਰ ਰਹੀ ਹੈ ਬ੍ਰੈਪਟਨ ਤੇ ਮਿਸੀਸਾਗਾ ਨਿਵਾਸੀਆਂ ਤੋਂ ਘਰੇਲੂ ਹਿੰਸਾ ਦੀਆਂ 1,200 ਵਧੇਰੇ ਕਾਲਾਂ ਆਈਆਂ ਸਨ। ਟੋਰਾਂਟੋ, ਪੀਲ, ਡਰਹਮ, ਯਾਕ ਅਤੇ ਹਾਲਟਨ ਪੁਲਿਸ ਨੂੰ ਇਸ ਸਾਲ ਪਰਿਵਾਰ ਅਤੇ ਭਾਈਵਾਲ ਹਿੰਸਾ ਦੀਆਂ 40,770 ਤੋਂ ਵੱਧ ਘਟਨਾਵਾਂ ਵਿੱਚ ਸ਼ਾਮਲ ਹੋਣਾ ਪਿਆ ਸੀ।